ਇਕੱਠੇ ਹੋ ਗਏ ਕਾਂਗਰਸੀ ਤੇ ਅਕਾਲੀ ਸੀਟਾਂ ਛੱਡ ਤੇ ਇੱਕ ਦੂਜੇ ਨੂੰ ਖਾਲੀ ਵੋਟਾਂ ਬਣਾਉਂਦੇ ਫਿਰਦੇ ਆ ਜਾਲੀ, ਇਹਨਾਂ ਦਾ ਜੱਬ ਮੁਕਾਉਣਾ ਏ, ਇਕੱਠੇ ਹੋ ਜਾਓ ਪੰਜਾਬੀ ਪੰਜਾਬ ਚ ਭਗਵੰਤ ਮਾਨ ਲਿਆਉਣਾ ਏ। ਫਿਰ ਗੁਲਜ਼ਾਰੀ ਟੱਕਰ ਗਿਆ ਮੈਨੂੰ ਕਿਹਾ ਮੈਂ ਤੁਸੀਂ ਪਾਵਨ ਪੰਨੇ ਜਿਨ੍ਹਾਂ ਨੇ ਪਾੜ ਦਿੱਤੇ ਪੁੱਤ ਪੰਜਾਬ ਦੇ ਮਾਰ ਦਿੱਤੇ ਖਜ਼ਾਨਾ ਕਰਤਾ ਖਾਲੀ, ਹਜੇ ਵੀ ਸ਼ਰਮ ਕਹੀ ਜਾਂਦੇ ਹੋ ਪ੍ਰਾਊਡ ਟੂ ਵੀ ਕਾਲੀ। ਸਾਡੀਆਂ ਜਿਹੜੀਆਂ ਜੜ੍ਹਾਂ ਉਹ ਸੰਗਰੂਰ ਹੈ, ਸੰਗਰੂਰ ਦੀਆਂ ਜੜ੍ਹਾਂ ਕਦੇ ਕਮਜ਼ੋਰ ਨਹੀਂ ਹੁੰਦੀਆਂ ਤੇ ਨਾ ਵਲੰਟੀਅਰ ਨੇ ਸਾਡੇ ਹੋਣ ਦੇਣੀਆਂ ਨੇ। ਕਿਹੜਾ ਉਮੀਦਵਾਰ ਹੋ ਸਕਦਾ ਜਿਹੜਾ ਸੰਗਰੂਰ ਤੋਂ ਜਿੱਤ ਪ੍ਰਾਪਤ ਕਰ ਸਕਦਾ? 70 ਸਾਲ ਹੋ ਗਏ ਬਾਈ ਜੀ ਤਾਣਾ ਬਾਣਾ ਬੁਲਝਿਆਂ ਨੂੰ, ਦੇਖੋ ਸਾਰਿਆਂ ਨੂੰ ਖੁਸ਼ ਕਰਨਾ ਬਹੁਤ ਔਖਾ ਹੈ। ਜੇ ਪੀਤੂ ਸਰਪੰਚ ਨੂੰ ਮੌਕਾ ਦੇਤਾ ਪਾਰਟੀ ਨੇ, ਜੇ ਕਿਤੇ ਕਿਤੇ ਮੈਨੂੰ ਬੋਲਣ ਦਾ ਮੌਕਾ ਮਿਲਿਆ ਤੇ ਧਾਕੜ ਹੋ ਕੇ ਲੋਕਾਂ ਦੇ ਮੁੱਦੇ ਚੱਕੂੰਗਾ। ਤੁਹਾਨੂੰ ਕਿੱਦਾਂ ਦੀ ਰਾਜਨੀਤੀ ਪਸੰਦ ਹੈ, ਇਹ ਬਦਲਾ ਖੋਰੀ ਵਾਲੀ ਜਾਂ ਫਿਰ ਇਦਾਂ ਦੀ ਜਿਹਦੇ ਨਾਲ ਲੋਕ ਕਹਿਣ ਭਾਵੇਂ ਦੁਸ਼ਮਣ ਸੀ ਫਿਰ ਵੀ ਬਖਸ਼ਦਾ? ਨਫ਼ਰਤ ਦੀ ਰਾਜਨੀਤੀ ਨਹੀਂ ਹੋਣੀ ਚਾਹੀਦੀ, ਕਿਉਂਕਿ ਜੇ ਨਫ਼ਰਤ ਦੀ ਰਾਜਨੀਤੀ ਹੁੰਦੀ ਹੈ ਤਾਂ ਅਕਾਲੀਆਂ ਅਤੇ ਕਾਂਗਰਸ 'ਚ ਕੋਈ ਬੜਾ ਫਰਕ ਨਹੀਂ ਰਹਿ ਜੂਗਾ ਸਾਡੀ ਪਾਰਟੀ 'ਚ ਵੀ ਵਿੱਚ ਵੀ। ਪਹਿਲਾਂ ਵਾਲੇ ਨੇ ਜਹਾਜ਼ਾਂ ਨੂੰ ਜਰ ਲਾਤੀ ਹੈ ਨਾ, ਹੁਣ ਜੇ ਇਹ ਜਹਾਜ਼ ਚੱਲ ਰਿਹਾ ਤਾਂ ਪੰਜਾਬ ਦੀ ਤਰੱਕੀ ਲਈ ਚੱਲ ਰਿਹਾ। ਕਿਤੇ ਪਹਿਲਾਂ ਵਾਲੇ ਸੀਐਮ ਦੇਖੋ ਘਰਾਂ 'ਚੋਂ ਨਿਕਲਦੇ ਹੁੰਦੇ, ਸਾਡੀ ਇਹ ਵਾਰਡਿੰਗ ਹੁੰਦੀ ਸੀ ਵੀ ਪਹਿਲਾਂ ਵਾਲੇ ਸੀਐਮ ਯਾਰ ਘਰਾਂ 'ਚੋਂ ਨਹੀਂ ਨਿਕਲਦੇ। ਜੇ ਤੁਸੀਂ ਕੋਆਪਰੇਟ ਕਰਕੇ ਜਿਵੇਂ ਲੋਕ ਚੁਣੇ ਹੈ, ਜੇ ਉਹਨਾਂ ਸਾਥ ਵੀ ਦਿਓਗੇ, ਮੈਨੂੰ ਨਹੀਂ ਲੱਗਦਾ ਵੀ ਨਸ਼ਾ ਖਤਮ ਨਹੀਂ ਹੋਊਗਾ। ਆਪਾਂ ਅੱਜ ਗੱਲ ਕਰਨੀ ਹੈ ਆਮ ਆਦਮੀ ਪਾਰਟੀ ਦੀਆਂ ਚੋਣਾਂ ਨੂੰ ਲੈ ਕੇ, ਔਰ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਜਿਹੜੀ ਰਾਜਧਾਨੀ ਮੰਨੀ ਜਾਂਦੀ ਹੈ ਸੰਗਰੂਰ, ਕਿਉਂਕਿ ਸੰਗਰੂਰ ਤੋਂ ਹੀ ਸਭ ਤੋਂ ਪਹਿਲਾਂ ਲੋਕ ਸਭਾ ਦੀ ਚੋਣ ਜਿੱਤੇ ਸੀ ਸਾਡੇ ਮਾਣਯੋਗ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ। ਸੋ ਅੱਜ ਸਾਡੇ ਨਾਲ ਲੋਕ ਸਭਾ ਹਲਕਾ ਸੰਗਰੂਰ ਦੇ ਲਈ ਗੱਲਬਾਤ ਕਰਨ ਦੇ ਲਈ ਮੌਜੂਦ ਨੇ ਪੀਤੂ ਸਰਪੰਚ ਸ਼ਾਹੜ, ਜਿਹੜੇ ਕਿ ਚੇਅਰਮੈਨ ਨੇ ਇੰਪਰੂਵਮੈਂਟ ਟਰੱਸਟ ਸੰਗਰੂਰ ਦੇ। ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦਾ ਬਾਈ ਜੀ ਦਾ, ਸਤਿ ਸ਼੍ਰੀ ਅਕਾਲ ਬਾਈ ਜੀ, ਨਿਰਪੱਖ ਪੋਸਟ 'ਤੇ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੁਸੀਂ ਨੇ ਮੈਨੂੰ ਇੱਥੇ ਆ ਕੇ ਮਾਣ ਬਖਸ਼ਿਆ। ਜੀ, ਆਪਾਂ ਸਿਰਫ ਸੰਗਰੂਰ ਤੱਕ ਹੀ ਸੀਮਤ ਰਹਿਣਾ ਕਿਉਂਕਿ ਤੁਸੀਂ ਸੰਗਰੂਰ ਤੋਂ ਜਮ੍ਹਾਂ ਗਰਾਊਂਡ ਲੈਵਲ ਦੇ ਵਰਕਰ ਰਹੇ ਹੋ। ਬਾਈਪੋਲ ਇਲੈਕਸ਼ਨ ਪਹਿਲਾਂ ਆਮ ਆਦਮੀ ਪਾਰਟੀ ਹਾਰ ਚੁੱਕੀ ਸੀ ਇੱਕ ਵਾਰ ਸਰਕਾਰ ਬਣਨ ਤੋਂ ਨਾਲ ਦੀ ਨਾਲ, ਹੁਣ ਆਮ ਆਦਮੀ ਪਾਰਟੀ ਦੇ ਜਿਹੜੇ ਵਲੰਟੀਅਰ ਹੈ ਜਿਨ੍ਹਾਂ ਨੂੰ ਮੁੱਖ ਮੰਤਰੀ ਸਾਹਿਬ ਭਮੱਕੜ ਕਹਿੰਦੇ ਰਹੇ ਹੈ, ਉਹਨਾਂ ਦੀਆਂ ਕੀ ਤਿਆਰੀਆਂ ਨੇ ਕਿ ਆਉਣ ਵਾਲੀਆਂ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ ਨੇ ਉੱਥੋਂ ਆਪਣੀ ਰਾਜਧਾਨੀ ਸੰਗਰੂਰ ਤੋਂ ਜਿਤਾ ਕੇ ਆਮ ਆਦਮੀ ਪਾਰਟੀ ਨੂੰ ਭੇਜਿਆ ਜਾਵੇ? ਦੇਖੋ ਜੀ, ਜਿਹੜੇ ਆਮ ਆਦਮੀ ਪਾਰਟੀ ਦੇ ਖਾਸ ਕਰਕੇ ਸੰਗਰੂਰ ਦੇ ਰਾਜਧਾਨੀ ਦੇ ਸਾਡੇ ਜਿਹੜੇ ਵਲੰਟੀਅਰਸ ਨੇ ਉਹ ਪੂਰੇ ਤਿਆਰ ਨੇ, ਵੇਟ ਕਰ ਰਹੇ ਨੇ ਵੀ ਕਿਹਨੂੰ ਪਾਰਟੀ ਚਿਹਰਾ ਅਨਾਊਂਸ ਕਰੂਗੀ। ਪਾਰਟੀ ਜਿਹਨੂੰ ਵੀ ਟਿਕਟ ਦਿੰਦੀ ਹੈ, ਸਾਰੇ ਵਲੰਟੀਅਰ ਪਹਿਲਾਂ ਦੀ ਤਰ੍ਹਾਂ ਪੂਰੇ ਜੋਸ਼ 'ਚ ਨੇ, ਪੂਰੇ ਤਕੜੇ ਹੋ ਕੇ ਜੇ 24 ਦੀ ਜਿਹੜੀ ਇਲੈਕਸ਼ਨ ਹੈ ਪੂਰੇ ਹੰਬਲਾ ਮਾਰ ਕੇ ਅਸੀਂ ਮਾਨ ਸਾਹਿਬ ਨੂੰ ਜਿਤਾ ਕੇ ਇਹ ਸੀਟ ਝੋਲੀ ਪਾਵਾਂਗੇ। ਇਹਦਾ ਕਾਰਨ ਇਹ ਵੀ ਹੈ ਕਿਉਂਕਿ ਸਾਡੀਆਂ ਜਿਹੜੀਆਂ ਜੜ੍ਹਾਂ ਉਹ ਸੰਗਰੂਰ ਹੈ, ਸੰਗਰੂਰ ਦੀਆਂ ਜੜ੍ਹਾਂ ਕਦੇ ਕਮਜ਼ੋਰ ਨਹੀਂ ਹੁੰਦੀਆਂ ਅਤੇ ਨਾ ਵਲੰਟੀਅਰ ਸਾਡੇ ਹੋਣ ਦੇਣੀਆਂ ਨੇ, ਸੋ ਤਾਰ ਚਾਪ ਚੱਲਦੇ ਰਹਿੰਦੇ ਆ। ਬਿਲਕੁਲ, ਤੁਹਾਨੂੰ ਕੀ ਲੱਗਦਾ ਹੈ ਕਿਹੜੇ ਚਿਹਰੇ ਨੂੰ ਇਸ ਵਾਰ ਪਾਰਟੀ ਅੱਗੇ ਲਿਆ ਸਕਦੇ ਆ? ਕਿਉਂਕਿ ਚਰਚਾ ਬੜੀ ਚੱਲ ਰਹੀ ਹੈ ਕਿ ਮੀਤ ਹੇਰ ਨੂੰ ਮਤਲਬ ਪਾਰਟੀ ਅੱਗੇ ਲਿਆਉਣ ਵਾਸਤੇ ਕਾਹਲੀ ਹੈ, ਪਰ ਤੁਹਾਡੀ ਨਜ਼ਰ ਦੇ ਨਾਲ, ਤੁਹਾਡੇ ਆਪਣੇ ਹਿਸਾਬ ਦੇ ਨਾਲ ਕਿਹੜਾ ਉਮੀਦਵਾਰ ਹੋ ਸਕਦਾ ਜਿਹੜਾ ਸੰਗਰੂਰ ਤੋਂ ਜਿੱਤ ਪ੍ਰਾਪਤ ਕਰ ਸਕਦਾ? ਦੇਖੋ ਜੀ, ਕੋਈ ਵੀ ਚਿਹਰਾ ਪਾਰਟੀ ਦੇਵੇ, ਮੈਂ ਤਾਂ ਕਹੂੰਗਾ ਵੀ ਜੰਗ ਚਿਹਰਾ ਹੋਣਾ ਚਾਹੀਦਾ, ਨਵਾਂ ਮੁੰਡਾ ਹੋਣਾ ਚਾਹੀਦਾ ਜਿਹੜਾ ਬੋਲ ਸਕੇ, ਕਿਉਂਕਿ ਸੰਸਦ ਦੇ ਵਿੱਚ ਬੋਲਣ ਲਈ ਜਿਗਰਾ ਚਾਹੀਦਾ। ਜਿੱਦਾਂ ਮਾਨ ਸਾਹਿਬ ਨੇ ਪਹਿਲਾਂ ਸਾਰੇ ਇੰਡੀਆ 'ਚੋਂ ਇੱਕੇ MP ਸੀਗੇ, ਪਿੱਛੇ ਆਪਾਂ ਦੇਖਿਆ ਵੀ ਧਾਕੜ ਸਪੀਚ 'ਚ ਉਹਨਾਂ ਦੀ ਰਹੀ ਹੈ, ਅਜੇ ਧਾਕੜ ਕੈਂਡੀਡੇਟ ਦੀ ਸਾਨੂੰ ਲੋੜ ਹੈ, ਅਜੇ ਧਾਕੜ ਕੈਂਡੀਡੇਟ ਸਾਨੂੰ ਆਸ ਹੈ ਪਾਰਟੀ ਵੀ ਸਾਨੂੰ ਇਹੋ ਜਿਹਾ ਧਾਕੜ ਕੈਂਡੀਡੇਟ ਦੇਊਗੀ ਜਿਹੜੀ ਸਾਡੇ ਸੰਸਦ 'ਚ ਜਾ ਕੇ ਮਸਲੇ ਚੁੱਕ ਸਕੇ, ਕਿਉਂਕਿ ਪਹਿਲਾਂ ਜਿਹੜੇ MP ਗਏ ਹੈ ਆਪਾਂ ਨੇ ਦੇਖਿਆ ਵੀ ਮਾਨ ਸਾਹਿਬ ਤੋਂ ਵੱਧ ਕੋਈ ਨਹੀਂ ਬੋਲਿਆ ਜਾ ਕੇ ਜ਼ਿਆਦਾ ਜਾ ਕੇ। ਸੋ ਆਸ ਕਰਦੇ ਹਾਂ ਪਾਰਟੀ ਤੋਂ ਵੀ ਕੋਈ ਸਾਨੂੰ ਧਾਕੜ ਲੀਡਰ ਜਿਹੜਾ ਸਾਡੀਆਂ ਉੱਥੇ ਸਮੱਸਿਆ ਉੱਥੇ ਜਾ ਕੇ ਬੋਲ ਸਕੇ। ਜੇ ਪੀਤੂ ਸਰਪੰਚ ਨੂੰ ਮੌਕਾ ਦਿੱਤਾ ਪਾਰਟੀ ਨੇ? ਦੇਖੋ ਜੀ, ਜੇ ਪਾਰਟੀ ਪੀਤੂ ਨੂੰ ਮੌਕਾ ਦਿੰਦੀ ਹੈ ਤੇ
ਵੀ ਤੂੰ ਕਦੇ ਵੀ ਆਪਦੇ ਜਿਹੜੇ ਲੋਕਾਂ ਦੇ ਮੁੱਦੇ ਆ ਨਾ ਕਦੇ ਇੱਥੇ ਚੁੱਪ ਕਰਿਆ ਨਾ ਕਦੇ ਉੱਥੇ ਕਰਨਾ, ਇਹ ਤਾਂ ਜੇ ਇੱਦਾਂ ਦਾ ਕਿਤੇ ਹੋ ਜੇ ਫਿਰ ਤਾਂ ਦੇਖਿਓ ਮਾਨ ਸਾਹਿਬ ਦੀ ਮੈਂ ਕਹਿਣਾ ਹੁੰਦਾ ਵੀ ਜੇ ਕਦੇ ਕਿਤੇ ਮੈਨੂੰ ਬੋਲਣ ਦਾ ਮੌਕਾ ਮਿਲਿਆ ਤਾਂ ਧਾਕੜ ਹੋ ਕੇ ਲੋਕਾਂ ਦੇ ਮੁੱਦੇ ਚੱਕੂੰਗਾ। ਅਗਰ ਨਵਾਂ ਚਿਹਰਾ ਆਉਂਦਾ ਹੈ ਸੰਗਰੂਰ ਦੇ ਵਿੱਚ ਤਾਂ ਜ਼ਰੂਰ ਹੋ ਸਕਦਾ ਆਮ ਲੋਕ ਵੀ ਆਮ ਘਰਾਂ ਦਾ ਮੁੰਡਾ ਦੇਖ ਕੇ ਨਾਲ ਤੁਰ ਸਕਦੇ ਨੇ। ਬਾਈ ਜੀ ਔਂਕੜਾਂ ਵੀ ਆਉਣਗੀਆਂ, ਕਹਿੰਦੇ ਪਿੰਡਾਂ ਦੇ ਵਿੱਚ ਜਨਾਨੀਆਂ ਉਡੀਕ ਰਹੀਆਂ ਨੇ ਵੀ ਆਮ ਆਦਮੀ ਪਾਰਟੀ ਵਾਲਿਆਂ ਨੇ ਹਜ਼ਾਰ ਹਜ਼ਾਰ ਰੁਪਇਆ ਨਹੀਂ ਦਿੱਤਾ ਸਾਨੂੰ, ਉਹਦਾ ਕੀ ਕਰੋਗੇ? ਦੇਖੋ ਜੀ, ਸੀਐਮ ਸਾਹਿਬ ਤੇ ਸਾਡੇ ਵਿੱਤ ਮੰਤਰੀ ਪੂਰੀ ਇਮਾਨਦਾਰੀ ਦੇ ਨਾਲ ਲੱਗੇ ਹੋਏ ਆ। ਦੇਖੋ 70 ਸਾਲਾਂ ਦਾ ਤਾਣਾ ਬਣਾ ਉਲਝਿਆ, ਉਹਨੂੰ ਟਾਈਮ ਤਾਂ ਲੱਗਣਾ। ਜਿਹੜਾ 1000 ਰੁਪਈਆ ਇਹ ਵੀ ਪਾਰਟੀ ਸਕੀਮ ਕਰ ਰਹੀ ਹੈ, ਬੜੀ ਜਲਦੀ ਇਹ ਦਿੱਤਾ ਜਾਊਗਾ। ਜਿਹੜਾ ਕਾਂਗਰਸ ਨਾਲ ਬਾਹਰੀ ਗੱਠਜੋੜ ਹੈ, ਪੰਜਾਬ 'ਚ ਤਾਂ ਚਲੋ ਨਹੀਂ ਕੀਤਾ, ਚੰਡੀਗੜ੍ਹ 'ਚ ਹੋ ਗਿਆ, ਪੰਜਾਬ ਤੋਂ ਬਾਹਰ ਵੀ ਕਈ ਜਗ੍ਹਾ 'ਤੇ ਕਾਂਗਰਸ ਨਾਲ ਗੱਠਜੋੜ ਕੀਤਾ ਆਮ ਆਦਮੀ ਪਾਰਟੀ ਨੇ, ਇੰਡੀਆ ਗਠਬੰਧਨ ਹੋਇਆ ਜਿਹੜਾ, ਇਹਦਾ ਨੁਕਸਾਨ ਨਹੀਂ ਹੋਊਗਾ ਆਮ ਆਦਮੀ ਪਾਰਟੀ ਨੂੰ ਪੰਜਾਬ 'ਚ? ਲੋਕ ਕਹਿਣਗੇ ਯਾਰ ਇੱਥੇ ਤਾਂ ਤੁਸੀਂ ਵਿਰੋਧੀ ਮੰਨੀ ਬੈਠੋ ਇਹਨਾਂ ਨੂੰ ਅਤੇ ਬਾਹਰ ਇਹਨਾਂ ਦੇ ਨਾਲ ਜੱਫੀਆਂ ਪਾਉਂਦੇ ਹੋ, ਤੁਸੀਂ ਕਿਵੇਂ ਦੇਖਦੇ ਹੋ ਇਸ ਨੂੰ? ਦੇਖੋ ਜੀ, ਪਹਿਲਾਂ ਤਾਂ ਆਪਾਂ ਕਾਂਗਰਸ ਨਾਲ ਨਹੀਂ ਕਹਿ ਸਕਦੇ ਕਿਉਂਕਿ ਇੰਡੀਆ ਗਠਬੰਧਨ ਹੋਇਆ, ਇਹਦੇ ਵਿੱਚ ਬਹੁਤ ਪਾਰਟੀਆਂ ਨੇ, ਕਾਂਗਰਸ ਉਹਨਾਂ ਦੇ ਵਿੱਚ ਇੱਕ ਵੱਡੀ ਪਾਰਟੀ ਹੈ ਕਿਉਂਕਿ ਇਹ ਸੈਂਟਰ ਦਾ ਤਾਣਾ ਬਣਾ, ਕਿਉਂਕਿ ਜੇ ਬੀਜੇਪੀ ਨੂੰ ਹਰਾਉਣਾ ਤਾਂ ਕਿਤੇ ਨਾ ਕਿਤੇ ਤਾਂ ਕਰਨਾ ਹੀ ਪੈਣਾ, ਕਿਉਂਕਿ ਜੇ ਬੀਜੇਪੀ ਦੁਬਾਰਾ ਆ ਜਾਂਦੀ ਹੈ ਮੈਨੂੰ ਨਹੀਂ ਲੱਗਦਾ ਵੀ ਅੱਗੇ ਤੋਂ ਇਲੈਕਸ਼ਨ ਹੋਇਆ ਕਰੂਗੀ, ਸਿੱਧੀ ਡਿਕਟੇਟਰਸ਼ਿਪ 'ਤੇ ਆ ਜਾਣੀ ਹੈ ਬੀਜੇਪੀ ਸਰਕਾਰ। ਸੋ ਇਹ ਕਾਂਗਰਸ ਨਾਲ ਗਠਬੰਧਨ ਨਹੀਂ ਕਹਿ ਸਕਦੇ, ਇੰਡੀਆ ਦਾ ਗਠਬੰਧਨ ਹੈ, ਉਹਦੇ ਵਿੱਚ ਸਾਰੀਆਂ ਮੇਰੇ ਖਿਆਲ 'ਚ 26-27 ਪਾਰਟੀਆਂ ਹੈਗੀਆਂ, ਠੀਕ ਹੈ ਕਿ ਨਹੀਂ, ਸਾਰੇ ਲੋਕ ਪਰ ਇਹਨੂੰ ਜੋੜ ਕੇ ਦੇਖਦੇ ਵੀ ਕਾਂਗਰਸ ਨਾਲ ਹੈ, ਇੱਥੇ ਕਿਤੇ ਨਾ ਕਿਤੇ ਸਾਡੀ ਵਿਚਾਰਧਾਰਾ ਗਲਤ ਹੈ, ਕਾਂਗਰਸ ਨਾਲ ਨਹੀਂ ਹੈਗਾ, ਹੋਰ ਵੀ ਸੱਜੇ ਖੱਬੇ ਬਹੁਤ ਪਾਰਟੀਆਂ ਨੇ। ਸੋ ਇਹ ਕਰਨਾ ਪੈਂਦਾ, ਹਰ ਇੱਕ ਰਾਜਨੀਤੀ ਪਾਰਟੀਆਂ ਦੀ ਮਜਬੂਰੀ ਹੁੰਦੀ ਹੈ, ਜੇ ਕਿਸੇ ਤਕੜੀ ਪਾਰਟੀ ਨਾਲ ਟੱਕਰ ਲੈਣੀ ਤਾਂ ਸਾਨੂੰ ਕਹਿੰਦੇ ਯੂਨੀਅਨ ਇਜ਼ ਅ ਸਟਰੈਂਥ, ਇਕੱਠੇ ਹੋ ਕੇ ਚੱਲਣਾ ਪਊਗਾ, ਫਿਰ ਹੀ ਅਸੀਂ ਤਕੜਿਆਂ ਨੂੰ ਡੇਕ ਸਕਦੇ ਹਾਂ। ਪੰਜਾਬ 'ਚ ਕਿਉਂ ਨਹੀਂ ਕੀਤਾ ਫਿਰ? ਦੇਖੋ, ਪੰਜਾਬ ਦਾ, ਪੰਜਾਬ ਅਤੇ ਅਦਰ ਸਟੇਟਾਂ ਦਾ ਵੱਖਰਾ ਮਸਲਾ ਹੈ ਜੀ, ਕਿਉਂਕਿ ਪੰਜਾਬ ਹਮੇਸ਼ਾ ਪੰਜਾਬੀਆਂ ਦੀ ਗੱਲ ਕਰਦਾ, ਦਿੱਲੀ ਤੋਂ ਕਿਤੇ ਨਾ ਕਿਤੇ ਥੋੜ੍ਹਾ ਜਿਹਾ ਸਾਡੇ ਪੰਜਾਬੀ ਉਹ ਕਰਦੇ ਆ, ਤਾਂ ਕਰਕੇ ਪੰਜਾਬ ਦੀ ਅੱਡ ਸਿਸਟਮ ਹੈ, ਦੂਜੀਆਂ ਸਟੇਟਾਂ ਦਾ ਅੱਡ ਸਿਸਟਮ ਹੈ ਸਰ, ਕਿਉਂਕਿ ਮਾਨਸਾ ਇੱਥੇ ਜਿਹੜੀ ਵੋਟ ਹੈ ਉਹ ਸਰਦਾਰ ਭਗਵੰਤ ਸਿੰਘ ਮਾਨ ਦੇ ਫੇਸ ਨੂੰ ਇਹ ਪੈਂਦੀ ਹੈ, ਅਤੇ ਇਹ ਵੀ ਦੋ ਰਾਏ ਇਹਦੇ ਵਿੱਚ ਹੈ ਨਹੀਂ, ਕਿਉਂਕਿ ਮੁੱਖ ਮੰਤਰੀ ਸਾਹਿਬ 70 ਸਾਲਾਂ ਦੇ ਵਿੱਚ ਪਹਿਲੇ ਮੁੱਖ ਮੰਤਰੀ ਮਿਲੇ ਆ ਜਿਹੜੇ 2 ਸਾਲਾਂ ਦੇ ਵਿੱਚ ਇੰਨਾ ਦੌਰਾ ਕਰ ਚੁੱਕਿਆ, ਦੂਸਰੇ ਤਾਂ ਮੈਨੂੰ ਲੱਗਦਾ ਆਪਦੇ 70 ਸਾਲਾਂ ਦੇ ਰਾਹ 'ਚ ਨਹੀਂ ਜਾ ਕੇ ਆਏ, ਹੁਣ ਕਿਤੇ ਨਾ ਕਿਤੇ ਸੀਐਮ ਸਾਹਿਬ ਦੀ ਵਿਜ਼ਿਟ ਰਹਿੰਦੀ ਉਹ ਰਹਿੰਦੀ ਹੈ ਪੰਜਾਬ ਦੇ ਵਿੱਚ। ਨਹੀਂ, ਕਈ ਆਰੋਪ ਵੀ ਲੱਗਦੇ ਨੇ ਚੇਅਰਮੈਨ ਸਾਹਿਬ, ਆਰੋਪ ਲੱਗਦੇ ਆ ਕਿ ਪੰਜਾਬ ਦਾ ਤਾਂ ਜਹਾਜ਼ ਹੀ ਵਰਤਣਾ ਹੁੰਦਾ, ਸੀਐਮ ਸਾਹਿਬ ਨੂੰ ਉਂਝ ਨਾਲ ਲੈ ਜਾਂਦੇ ਆ, ਜਾਣਾ ਤਾਂ ਕੇਜਰੀਵਾਲ ਸਾਹਿਬ ਨੇ ਹੁੰਦਾ। ਦੇਖੋ ਜੀ, ਇਹ ਤਾਂ ਵਿਰੋਧੀਆਂ ਨੇ ਤਾਂ ਆਰੋਪ ਲਾਉਣੀ ਹੈ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਹੈਗੇ, ਪਹਿਲਾਂ ਵਾਲੇ ਜਹਾਜ਼ ਉੱਡੀ ਨਹੀਂ ਸੀਗੇ ਕਿ ਇਹ ਉੱਡਦੇ ਆ। ਦੇਖੋ, ਆਪਣਿਆਂ ਲਈ ਜੇ ਕਿਤੇ ਪੰਜਾਬ 'ਚ ਰੋਜ਼ ਦੇਖਦਾ ਮੈਂ ਸੀਐਮ ਸਾਹਿਬ ਦੇ ਜਿੰਨੇ ਵੀ ਪ੍ਰੋਗਰਾਮ ਹੁੰਦੇ ਆ, ਡੇਲੀ ਕਿਤੇ ਨਾ ਕਿਤੇ ਗਏ ਹੁੰਦੇ ਆ, ਪਹਿਲਾਂ ਵਾਲੇ ਨੇ ਜਹਾਜ਼ਾਂ ਨੂੰ ਜਰ ਲਾਤੀ, ਹੈ ਨਾ, ਹੁਣ ਜੇ ਇਹ ਜਹਾਜ਼ ਚੱਲ ਰਿਹਾ ਤਾਂ ਪੰਜਾਬ ਦੀ ਤਰੱਕੀ ਲਈ ਚੱਲ ਰਿਹਾ, ਕਿਤੇ ਪਹਿਲਾਂ ਵਾਲੇ ਸੀਐਮ ਦੇਖੋ ਘਰਾਂ 'ਚੋਂ ਨਿਕਲਦੇ ਹੁੰਦੇ, ਸਾਡੀ ਇਹ ਵਾਰਡਿੰਗ ਹੁੰਦੀ ਸੀ ਵੀ ਪਹਿਲਾਂ ਵਾਲੇ ਸੀਐਮ ਯਾਰ ਘਰਾਂ 'ਚੋਂ ਨਹੀਂ ਨਿਕਲਦੇ, ਹੁਣ ਵਾਲੇ ਸੀਐਮ ਕਹਿੰਦੇ ਵੀ ਇੰਨਾ ਜ਼ਿਆਦਾ ਉੱਪਰ ਜਾ ਲੋਕਾਂ ਨੂੰ ਤੁਸੀਂ ਜਵਾਬ ਨਹੀਂ ਦੇ ਸਕਦੇ, ਸੋ ਆਪਦਾ ਕਰਮ ਕਰੀ ਜਾਓ ਉਸ ਪਰਮਾਤਮਾ ਨੂੰ ਨਜ਼ਰ ਹਜ਼ਾਰ ਦੇਖ ਕੇ, ਅਤੇ ਲੋਕ ਵਿਸ਼ਵਾਸ ਕਰਦੇ ਆ, ਲੋਕ ਕੰਮ ਦੇਖ ਰਹੇ ਆ ਵੀ ਚੰਗਾ ਹੋ ਰਿਹਾ, ਦੂਜਿਆਂ ਨੂੰ ਬਹੁਤ ਜ਼ਿਆਦਾ ਚੰਗਾ ਖੁੰਡ ਚਰਚਾ ਇਹ ਹੈ ਪਿੰਡਾਂ ਦੀ। ਚੇਅਰਮੈਨ ਸਾਹਿਬ, ਲੋਕਾਂ ਦੇ ਇੱਕ ਹੋਰ ਸਵਾਲ ਵੀ ਬੜੇ ਉੱਠਦੇ ਨੇ, ਕਹਿੰਦੇ ਵੀ ਆਮ ਆਦਮੀ ਪਾਰਟੀ ਜਦੋਂ ਹੋਂਦ 'ਚ ਆਈ ਹੈ, ਜਾਂ ਮਤਲਬ ਆਪਾਂ ਕਹਿ ਦਈਏ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨੇ ਜਿੱਤ ਵੱਲ ਕਦਮ ਵਧਾਇਆ, ਤਾਂ ਸਭ ਤੋਂ ਪਹਿਲਾਂ ਨਾਅਰਾ ਦਿੱਤਾ ਸੀ ਕੇਜਰੀਵਾਲ ਸਾਹਿਬ ਨੇ ਕਿ ਅਸੀਂ ਜੀ 4 ਹਫ਼ਤਿਆਂ 'ਚ 4 ਮਹੀਨਿਆਂ 'ਚ ਨਸ਼ਾ ਪੰਜਾਬ 'ਚੋਂ ਖਤਮ ਕਰ ਦਿਆਂਗੇ। ਪਰ ਚੇਅਰਮੈਨ ਸਾਹਿਬ, ਗਰਾਊਂਡ ਲੈਵਲ 'ਤੇ ਜੇ ਦੇਖਿਆ ਜਾਵੇ ਨਸ਼ਾ ਖਤਮ ਨਹੀਂ ਹੋਇਆ, ਉਵੇਂ ਦੇ ਜਿਉਂਵੇਂ ਤਿਵੇਂ ਬਰਕਰਾਰ ਹੈ, ਇਹਦੇ ਬਾਰੇ ਕੋਈ ਸਰਕਾਰ ਕਿਉਂ ਨਹੀਂ ਅੱਗੇ ਵਿਚਾਰ ਕਰ ਰਹੀ ਇਹਨੂੰ ਰੋਕਣ ਵਾਸਤੇ? ਦੇਖੋ ਜੀ, ਨਸ਼ੇ ਦਾ ਬਿਲਕੁਲ ਗੰਭੀਰ ਮੁੱਦਾ ਹੈ, ਅਤੇ ਮੈਂ ਜੇ
ਗੱਲ ਕਰਾਂ ਸਰਕਾਰ ਦੀ ਤਾਂ ਬਹੁਤ ਬੰਦੇ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੀਆਂ ਪ੍ਰੋਪਰਟੀਆਂ ਵੀ ਜ਼ਬਤ ਕਰੀਆਂ ਨੇ, ਬਹੁਤ ਵੱਡੇ ਖੇਪ ਫੜੇ ਵੀ ਗਏ ਨੇ। ਪਰ ਇਹਦੇ ਵਿੱਚ ਇੱਕ ਤਰਾਸ਼ਦੀ ਹੋਰ ਹੈ, ਜਿਵੇਂ ਪਿੰਡਾਂ ਦੀ ਗੱਲ ਕਰਾਂ, ਮੈਂ ਪਿੰਡ ਤੋਂ ਆਉਣਾ, ਵੀ ਸਾਡੇ ਲੋਕ ਜਦੋਂ ਕਿਸੇ ਦਾ ਧੀ ਪੁੱਤ ਕੋਈ ਨਸ਼ਾ ਕਿਤੇ ਵਿਕਦਾ ਕਰਦਾ, ਉਹ 'ਤੇ ਵਿਰੋਧ ਨਹੀਂ ਕਰਦੇ। ਬਿਲਕੁਲ, ਜੇ ਉਹ 'ਤੇ ਵਿਰੋਧ ਕਰਨ, ਮੈਨੂੰ ਲੱਗਦਾ ਨਸ਼ੇ ਨੂੰ ਤਾਂ ਠੱਲ ਪਾਈ ਜਾ ਸਕਦੀ, ਕਿਉਂਕਿ ਥੋੜ੍ਹਾ ਜਿਹਾ ਜੇਬ 'ਚ ਵੀ ਆ ਜਾਂਦਾ, ਹੈ ਨਾ, ਵੱਡਾ ਪਤਾ ਨਹੀਂ ਲੱਗਦਾ। ਸਾਡੇ ਲੋਕਾਂ ਨੂੰ ਵੀ ਮੈਂ ਹਰ ਇੱਕ ਥਾਂ 'ਤੇ ਸਟੇਜਾਂ 'ਤੇ ਬੋਲਦਾ ਰਹਿਣਾ ਵੀ ਜਦੋਂ ਤੁਸੀਂ ਜਦੋਂ ਆਪਾਂ ਕਿਸਾਨੀ ਸੰਘਰਸ਼ ਕੀਤਾ, ਸਾਰੇ ਕਿੱਡਾ ਕਿੱਡਾ ਹੋਕਾ ਦਿੱਤਾ, ਜੇ ਪਿੰਡਾਂ ਦੇ ਲੋਕ ਇਕੱਠੇ ਹੋ ਕੇ, ਬਹੁਤ ਪਿੰਡਾਂ 'ਚ ਹੁਣ ਧਰਨੇ ਆਪਣੇ ਪਹਿਰੇ ਲੱਗਦੇ ਆ, ਉੱਥੇ ਬਿਲਕੁਲ ਨਸ਼ਾ ਬੰਦ ਹੋ ਚੁੱਕਿਆ। ਸਾਨੂੰ ਲੋਕਾਂ ਨੂੰ ਵੀ ਸਾਥ ਦੇਣਾ ਚਾਹੀਦਾ, ਇਹ ਨਹੀਂ ਹੁੰਦਾ ਵੀ ਅਸੀਂ ਕੋਈ ਪੰਚਾਇਤ ਚੁਣਦੀ, ਅਸੀਂ ਸਰਕਾਰ ਚੁਣਤੀ, ਜੇ ਤੁਸੀਂ ਕੋਆਪਰੇਟ ਕਰਕੇ ਜਿਵੇਂ ਲੋਕ ਚੁਣੇ ਆ, ਜੇ ਉਹਨਾਂ ਸਾਥ ਵੀ ਦਿਓਗੇ, ਮੈਨੂੰ ਨਹੀਂ ਲੱਗਦਾ ਵੀ ਨਸ਼ਾ ਖਤਮ ਨਹੀਂ ਹੋਊਗਾ, ਨਸ਼ਾ ਖਤਮ ਹੋ ਸਕਦਾ। ਸਿਕਿਉਰਿਟੀ ਨੂੰ ਲੈ ਕੇ ਬੜੇ ਸਵਾਲ ਉੱਠਦੇ ਆ, ਕਹਿੰਦੇ ਜੀ ਪਹਿਲਾਂ ਕਹਿੰਦੇ ਹੁੰਦੇ ਸੀਗੇ ਜਦੋਂ ਜਿਹੜੇ ਸਿਕਿਉਰਟੀਆਂ ਚੱਕੀ ਫਿਰਦੇ ਆ ਉਹ ਫਿਰ ਮੁਰਗੀ ਖਾਨਾ ਖੋਲ੍ਹ ਲੈਣ, ਅਤੇ ਲੋਕ ਹੁਣ ਕਈ ਕਹਿੰਦੇ ਆ ਕਿ ਆਪਣੇ ਸਾਰੇ ਪਰਿਵਾਰ ਨੂੰ ਸੀ ਐਮ ਸਾਹਿਬ ਸਿਕਿਉਰਿਟੀ ਦੇਈ ਫਿਰਦੇ ਆ, ਤੁਹਾਨੂੰ ਮਿਲੀ ਆ ਸਿਕਿਉਰਿਟੀ? ਨਹੀਂ ਜੀ, ਸਾਨੂੰ ਆਏ ਸੀ ਸਿਕਿਉਰਿਟੀ ਬ੍ਰਾਂਚ ਵੀ ਕਹਿੰਦੇ ਵੀ ਤੁਸੀਂ ਸਿਕਿਉਰਿਟੀ ਲੈ ਲਓ, ਅਤੇ ਅਸੀਂ ਉਹ ਕਹਿਤਾ ਸੀ ਵੀ ਨਹੀਂ ਲੈਣੀ, ਪਰ ਇੱਕ ਗਨਮੈਨ ਫਿਰ ਵੀ ਸਰਕਾਰ ਨੇ ਦਿੱਤਾ ਉਹਨੂੰ ਵੀ, ਅਸੀਂ ਕਿਉਂਕਿ ਅਸੀਂ ਕਦੇ ਇਹ ਕਲਚਰ 'ਚ ਨਹੀਂ ਆਏ, ਹੈ ਨਾ, ਸਾਡੇ ਲਈ ਤਾਂ ਇੱਕ ਆਮ ਘਰ ਦੇ ਮੁੰਡੇ ਨੂੰ ਲੋਕ ਕਹਿੰਦੇ ਵੀ ਬਦਲਾਵ ਕੀ ਹੈ, ਇੱਕ ਉਹ ਆਮ ਘਰ ਦੇ ਮੁੰਡੇ ਨੂੰ ਜਿਹਦੇ ਕੋਲ ਕੋਈ ਜਿਹੜਾ ਖੰਭਿਆਂ 'ਤੇ ਚੜ੍ਹਦਾ ਰਿਹਾ 14-15 ਸਾਲ, ਉਹਨੂੰ ਆਮ ਆਦਮੀ ਪਾਰਟੀ ਨੇ ਇੱਕ ਐਡੀ ਵੱਡੀ ਸੀਟ 'ਤੇ ਬਿਠਾਤਾ, ਇਹ ਵੀ ਆਪਣੇ ਆਪ ਦੇ ਵਿੱਚ ਬਦਲਾਵ ਹੈ। ਵਿਰੋਧੀ ਕਦੇ ਇਹ ਗੱਲਾਂ ਨਹੀਂ ਕਰਦੇ ਵੀ ਆਮ ਆਦਮੀ ਪਾਰਟੀ ਬਦਲਾਵ ਕੀ ਆਇਆ, ਸਾਡੇ ਮੇਰੇ ਵਰਗੇ ਛੋਟੇ ਜਿਹੇ ਘਰ ਦੇ ਮੁੰਡੇ ਨੂੰ ਐਡੀ ਵੱਡੀ ਸੀਟ 'ਤੇ ਬਿਠਾਤਾ, ਇਹ ਵੀ ਵੱਡਾ ਬਦਲਾਵ ਹੈ। ਮੈਂ ਮੀਡੀਆ ਨੂੰ ਕਹਿਣਾ ਚਾਹੁੰਦਾ ਵੀ ਇੱਦਾਂ ਦੇ ਜਿਹੜੇ ਵੀਡੀਓ ਚੱਲਣੀਆਂ ਚਾਹੀਦੀਆਂ ਵੀ ਬਦਲਾਵ ਕੀ ਆਇਆ, ਕਿਉਂਕਿ ਪਹਿਲਾਂ ਅਸੀਂ ਦੇਖਦੇ ਸੀ ਸੀਟਾਂ 'ਤੇ ਵੱਡੇ ਘਰਾਂ ਦੇ ਧਰਨਾਟ ਹੀ ਬਹਿੰਦੇ ਸੀ। ਦੂਸਰੀ ਗੱਲ ਜਿਹੜੀ ਸਿਕਿਉਰਿਟੀ ਦੀ ਆ, ਸਾਨੂੰ ਵੀ ਲੱਗਿਆ ਸ਼ੁਰੂ 'ਚ ਵੀ ਜਿਹੜੀਆਂ ਗੱਲਾਂ ਕਹਿੰਦੇ ਸੀ ਨਹੀਂ ਹੁੰਦੀਆਂ, ਪਰ ਜਦੋਂ ਸਿਕਿਉਰਿਟੀ ਨਾਲ ਮੇਰੀ ਗੱਲ ਹੋਈ ਵੀ ਉਹ ਕਹਿੰਦੇ ਜੀ ਕੋਈ ਮਰਜ਼ੀ ਸੀਐਮ ਬਣ ਜੇ, ਠੀਕ ਹੈ, ਪ੍ਰੋਟੋਕੋਲ ਆ। ਦੂਸਰੀ ਗੱਲ, ਜਦੋਂ ਆਪਾਂ ਓਪੋਜੀਸ਼ਨ 'ਚ ਹੁੰਦੇ ਹਾਂ ਜਾਂ ਨਵੇਂ ਹੁੰਦੇ ਹਾਂ, ਉਦੋਂ ਆਪਾਂ ਨੂੰ ਇਹ ਚੀਜ਼ਾਂ ਦੀ ਮੇਰੇ ਖਿਆਲ 'ਚ ਜਾਣਕਾਰੀ ਵੀ ਨਹੀਂ, ਜਾਣਕਾਰੀ ਨਹੀਂ, ਠੀਕ ਹੈ ਕਿ ਨਹੀਂ। ਉਦੋਂ ਆਪਾਂ ਇਹ ਕਹਿ ਦਿੰਦੇ ਹੁੰਦੇ ਹਾਂ ਵੀ ਜਦੋਂ ਆਪਾਂ ਸਿਸਟਮ 'ਚ, ਇੱਕ ਸਿਸਟਮ ਇੱਕ ਸਰਕਾਰ, ਦੋ ਦਿਨ ਚੀਜ਼ਾਂ ਪੈਰਲ ਚੱਲਦੀਆਂ, ਠੀਕ ਹੈ ਕਿ ਨਹੀਂ, ਉਦੋਂ ਆਪਾਂ ਨੂੰ ਪਤਾ ਲੱਗਦਾ ਵੀ ਨਹੀਂ ਯਾਰ ਇਹ ਉਦੋਂ ਪ੍ਰੋਟੋਕੋਲ ਹੈ, ਪ੍ਰੋਟੋਕੋਲ ਹੈ ਪਰਿਵਾਰ ਨੂੰ ਸਿਕਿਉਰਿਟੀ ਦੇਣੀ, ਨਹੀਂ ਤਾਂ ਆਮ ਬੰਦਾ ਯਾਰ ਸੀਐਮ ਦੇ, ਮੰਨ ਲਓ ਸੀਐਮ ਦੇ ਮਾਤਾ ਨੇ ਕੰਮ ਸੀਐਮ ਤੋਂ ਕਰਵਾਉਣਾ ਹੈ, ਮਾਤਾ ਨੂੰ ਘੇਰ ਕੇ ਕੋਈ ਖੜ ਜੇ ਤੇ ਕਿੱਡੀ ਬਦਨਾਮੀ ਹੈ ਕਿ ਸੀਐਮ ਦੇ ਮਾਂ ਨੂੰ ਘੇਰ ਲੈ ਕਿਤੇ ਰਸਤੇ 'ਚ ਮਾਤਾ ਜੀ ਘੇਰ ਲੈ। ਮੈਂ ਤੁਹਾਡੀ ਗੱਲ ਨਾਲ ਬਿਲਕੁਲ ਸਹਿਮਤ ਹਾਂ, ਕਿਉਂਕਿ ਕੱਲ ਨੂੰ ਮੰਨ ਲਓ ਕੋਈ ਇਦਾਂ ਦੀ ਘਟਨਾ ਹੋ ਜਾਂਦੀ ਹੈ, ਉਹਦੀ ਬੇਬ ਹੈ ਜਿਹੜੀ ਸਾਰੇ ਵਰਲਡ 'ਚ ਜਾਣੀ ਹੈ, ਬਿਲਕੁਲ ਬਿਲਕੁਲ, ਉਹ ਤੇ ਕਸੂਰ ਕਿਤੇ ਉੱਠਣਾ, ਪੰਜਾਬ 'ਤੇ ਉੱਠਣਾ, ਸਾਡੀ ਫੋਰਸ 'ਤੇ ਉੱਠਣਾ ਵੀ ਯਾਰ ਫੋਰਸ ਕੀ ਕਰਦੀ ਸੀ। ਸੋ ਇਹ ਪ੍ਰੋਟੋਕਾਲ ਹੈ, ਇਹਦਾ ਕਈ ਚੀਜ਼ਾਂ ਦਾ ਪਹਿਲਾਂ ਨਹੀਂ ਪਤਾ ਹੁੰਦਾ, ਹੌਲੀ ਹੌਲੀ ਸਿਸਟਮ ਜਾ ਕੇ ਪਤਾ ਲੱਗਦਾ। ਪਰ ਕਈ ਚੀਜ਼ਾਂ, ਚਲੋ ਤੁਹਾਡੀ ਗੱਲ ਵੀ ਸਹੀ ਹੈ, ਪ੍ਰੋਟੋਕਾਲ ਵੀ ਹੈ, ਪਰ ਲੋਕ ਕਈ ਵਾਰੀ ਗੱਡੀਆਂ ਦੀ ਗਿਣਤੀ ਕਰ ਰਹੇ ਹੁੰਦੇ, ਇੱਕ ਦਿਨ ਮਜੀਠੀਆ ਸਾਹਿਬ ਲੱਗੇ ਹੋਏ ਸੀ ਗੱਡੀਆਂ ਦੀ ਗਿਣਤੀ ਕਰਨ, ਅਤੇ ਸੀਐਮ ਸਾਹਿਬ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਦੀਆਂ ਗੱਡੀਆਂ ਲੰਘੀਆਂ ਸੀ, 42 ਤੱਕ ਗਿਣਤੀ ਪਹੁੰਚ ਗਈ ਸੀ ਸਰਪੰਚ ਸਾਹਿਬ, ਕਹਿੰਦੇ ਵੀ 42 ਗੱਡੀਆਂ ਲੰਘੀਆਂ ਨੇ, ਫਿਰ ਪ੍ਰੋਟੋਕੋਲ 42 ਗੱਡੀਆਂ ਦਾ ਤਾਂ ਨਹੀਂ ਮੈਨੂੰ ਲੱਗਦਾ ਬਣਦਾ ਹੋਣਾ। ਦੇਖੋ ਜੀ, ਜਿੰਨਾ ਕਿ ਮੈਨੂੰ ਜਾਣਕਾਰੀ ਹੈ ਵੀ 4-5 ਗੱਡੀਆਂ ਚੱਲਦੀਆਂ ਨੇ, ਬਾਕੀ ਜਦੋਂ ਵੀ ਕਿਤੇ ਕੋਈ ਸੀਐਮ ਦਾ ਜਾਂ ਉਹਦੇ ਪਰਿਵਾਰ ਦਾ, ਸੀਐਮ ਸਾਹਿਬ ਦੇ ਪਰਿਵਾਰ ਜੀ ਦਾ ਕੋਈ ਕਿਤੇ ਜਾਣਾ ਹੁੰਦਾ, ਤਾਂ ਜਿਹੜੇ ਵਲੰਟੀਅਰ ਨੇ ਉਹਨਾਂ ਦੀਆਂ ਗੱਡੀਆਂ ਦਾ ਕਾਫਲਾ ਬਹੁਤ ਹੁੰਦਾ, ਨਾਲੇ ਜਿਨ੍ਹਾਂ ਨੇ ਪੰਜਾਬ ਨੂੰ ਇੰਨੇ ਸਾਲ ਲੁੱਟਿਆ ਉਹ ਗੱਲਾਂ ਕਰਦੇ ਆ, ਜਿਨ੍ਹਾਂ ਨੇ ਗੈਂਗਸਟਰ ਪੈਦਾ ਕੀਤੇ ਉਹ ਗੱਲਾਂ ਕਰਦੇ ਆ, ਜਿਨ੍ਹਾਂ ਨੇ ਚਿੱਟਾ ਘਰ ਘਰ ਵੜਤਾ ਉਹ ਗੱਲਾਂ ਕਰਦੇ ਆ, ਉਹਨਾਂ ਨੂੰ ਤਾਂ 100 ਗੁਣਾ ਚੰਗੇ ਹੈਗੇ। ਸੋ ਇਹ ਜਿਹੜੇ ਗੱਡੀਆਂ ਦੇ ਕਾਫਲੇ ਆ, ਕਈ ਵਾਰੀ ਪ੍ਰਸ਼ੰਸਕ ਹੁੰਦੇ ਆ, ਚਾਹੁਣ ਵਾਲੇ ਹੁੰਦੇ ਆ। ਹੁਣ ਜੇ ਅਸੀਂ ਵੀ ਸਾਡੇ ਵਰਗੇ ਕੰਮ ਕਰਦਾ ਮੁੰਡਾ ਕਿਤੇ ਜਾਂਦਾ, 5-4 ਤਾਂ ਸਾਡੇ ਨਾਲ ਗੱਡੀਆਂ ਤੁਰ ਪੈਂਦੀਆਂ ਵੀ ਨਹੀਂ ਯਾਰ ਇਹ ਕੰਮ ਕਰਦਾ ਮੁੰਡਾ ਜਾ ਰਿਹਾ ਜਿਹਨੂੰ ਕੋਈ ਅਹੁਦੇਦਾਰੀ ਦਿੱਤੀ ਆ। ਸੋ ਇਹ ਤਾਂ ਇੱਕ ਛੋਟੀਆਂ ਗੱਲਾਂ ਨੇ, ਛੋਟੀ ਮਾਨਸਿਕਤਾ, ਆਪਦਾ ਦੌਰ ਭੁੱਲ ਗਏ ਇਹ, ਆਪ ਇਹਨਾਂ ਨੇ ਚੰਮਦੀਆਂ ਚਲਾਈਆਂ, ਹੁਣ ਇਹਨਾਂ ਨੂੰ ਕੋਈ ਪੁੱਛਦਾ ਨਹੀਂ। ਬੜਾ ਵਧੀਆ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ। ਇੱਕ ਮੈਸੇਜ ਅੱਜ ਦੇ ਯੂਥ ਨੂੰ, ਕਿਉਂਕਿ ਤੁਸੀਂ ਸਰਪੰਚੀ ਕੀਤੀ ਹੈ 5 ਸਾਲ, ਅੱਗੇ ਲੋਕ ਸਭਾ ਚੋਣਾਂ ਤੋਂ ਬਾਅਦ ਫਿਰ ਸਰਪੰਚੀ ਦੀਆਂ ਚੋਣਾਂ ਆਉਣੀਆਂ ਨੇ, ਨੌਜਵਾਨਾਂ ਨੂੰ, ਯੂਥ ਨੂੰ ਕੀ ਮੈਸੇਜ ਦੇਣਾ ਚਾਹੋਗੇ? ਦੇਖੋ, ਮੈਂ ਯੂਥ ਨੂੰ ਇੱਕ ਮੈਸੇਜ ਦੇਣਾ ਚਾਹੂੰਗਾ, ਜਿਹੜੇ ਮੁੰਡੇ ਇੰਟਰਸਟਿਡ ਹੈ
ਸਰਪੰਚੀ ਦੇ ਵਿੱਚ ਮੂਹਰੇ ਆ ਕੇ ਉਹ ਚੋਣਾਂ ਲੜਨ, ਇਹ ਨਾ ਸੋਚਣ ਵੀ ਜੇ ਹਾਰ ਕੇ ਕੀ ਬਣੂਗਾ। ਹਾਰਾਂ ਜਿੱਤਾਂ ਰਾਜਨੀਤੀ ਦਾ ਇੱਕ ਹਿੱਸਾ ਹੈ, ਇੱਕ ਸਿੱਕੇ ਦੇ ਦੋ ਪਹਿਲੂ ਹੈ, ਚੱਲਦਾ ਰਹਿੰਦਾ। ਅਤੇ ਮੈਂ ਤੁਹਾਡੇ ਮਾਧਿਅਮ ਨਾਲ ਇਹ ਵੀ ਵੀਡੀਓ ਕਰਨੀ ਦੱਸਣਾ ਚਾਹੂੰਗਾ ਵੀ ਪਿੰਡਾਂ ਦੇ ਵਿੱਚ ਨਸ਼ਾ ਰਹਿਤ ਸਰਪੰਚ ਚੁਣਿਓ, ਕਿਉਂਕਿ ਜਿਹੋ ਜਿਹਾ ਤੁਸੀਂ ਸਰਪੰਚ ਚੁਣੋਗੇ ਤੁਹਾਡਾ ਪਿੰਡ ਉਸੇ ਰਾਹ 'ਤੇ ਜਾਊਗਾ। ਜੇ ਮੈਂ ਆਪਣੀ ਗੱਲ ਕਰਾਂ, ਮੈਂ ਅੱਜ ਤੱਕ ਕੋਈ ਦੂਸਰਾ ਨਸ਼ਾ ਤਾਂ ਦੂਰ ਦੀ ਗੱਲ, ਮੈਂ ਕਦੇ ਵੀ ਟੱਚ ਨਹੀਂ ਕੀਤੀ। ਜੇ ਰਾਤ ਨੂੰ ਵੀ ਮੈਨੂੰ ਕੋਈ ਕਾਲ ਕਰਦਾ, ਮੈਂ ਇੱਕ ਰਿੰਗ ਵੀ ਨਹੀਂ ਵੱਜਣ ਦਿੰਦਾ, ਕਿਉਂਕਿ ਬਾਈ ਜੀ ਰਾਤ ਨੂੰ ਕਿਸੇ ਨੂੰ ਕੋਈ ਬਿਪਤਾ ਪਈ ਆ, ਤੁਹਾਡਾ ਸਰਪੰਚ ਟੈਟ ਹੋ ਕੇ ਸੁੱਤਾ ਪਿਆ, ਉਹ ਚੰਗੀਆਂ ਗੱਲਾਂ ਨਹੀਂ ਹੁੰਦੀਆਂ। ਸੋ ਵਧੀਆ ਸਰਪੰਚ ਚੁਣੋ, ਖਾਸ ਕਰਕੇ ਨੌਜਵਾਨ ਪੜ੍ਹੇ ਲਿਖੇ ਸਰਪੰਚ ਚੁਣਿਓ, ਕਿਉਂਕਿ ਜਿਹੜਾ ਹੁਣ ਸਿਸਟਮ ਹੈ ਔਨਲਾਈਨ ਸਿਸਟਮ ਹੈ, ਪੁਰਾਣੇ ਬੰਦਿਆਂ ਦੇ ਬਸ ਦੀ ਗੱਲ ਹੈ ਨਹੀਂ। ਸੋ ਮੇਰਾ ਤਾਂ ਇਹੀ ਮੈਸੇਜ ਹੈ ਵੀ ਨਸ਼ਾ ਰਹਿਤ ਸਰਪੰਚ ਚੁਣਿਓ ਪਿੰਡਾਂ ਦੇ ਵਿੱਚ। ਬਿਲਕੁਲ ਬਿਲਕੁਲ। ਚੇਅਰਮੈਨ ਇੰਪਰੂਵਮੈਂਟ ਟਰੱਸਟ ਸੰਗਰੂਰ ਤੋਂ ਪੀਤੂ ਸਰਪੰਚ ਸ਼ਾਹ ਸਾਡੇ ਨਾਲ ਸੀ, ਜਿਨ੍ਹਾਂ ਨੇ ਲੋਕ ਸਭਾ ਚੋਣਾਂ ਬਾਰੇ ਵੀ ਸਾਨੂੰ ਜਾਣਕਾਰੀ ਦਿੱਤੀ, ਆਪਾਂ ਗੱਲਾਂ ਵੀ ਸਾਂਝੀਆਂ ਕੀਤੀਆਂ ਨੇ। ਜਿਹੜੇ ਲੋਕਾਂ ਦੇ ਸਵਾਲ ਸੀ ਉਹ ਵੀ ਆਪਾਂ ਚੇਅਰਮੈਨ ਸਾਹਿਬ ਤੋਂ ਪੁੱਛਿਆ, ਬੜੇ ਲੋਕਾਂ ਦੇ ਕਈ ਕੜਵੇ ਸਵਾਲ ਹੁੰਦੇ ਆ, ਉਹਨਾਂ ਦਾ ਵੀ ਬੜਾ ਹੱਸ ਕੇ ਜਵਾਬ ਦਿੱਤਾ ਹੈ ਸਰਪੰਚ ਸਾਹਿਬ ਨੇ। ਸੋ ਇਸ ਕਰਕੇ ਧੰਨਵਾਦ ਤੁਹਾਡਾ ਸਰਪੰਚ ਸਾਹਿਬ, ਤੁਸੀਂ ਨਿਰਪੱਖ ਪੋਸਟ ਦੇ ਲਈ ਆਪਣਾ ਕੀਮਤੀ ਸਮਾਂ ਕੱਢਿਆ, ਤੁਹਾਡੇ ਕੋਲ ਵੀ ਸਮੇਂ ਦੀ ਘਾਟ ਹੈ। ਸੋ ਬਹੁਤ ਬਹੁਤ ਧੰਨਵਾਦ, ਤੁਸੀਂ ਇਸ ਵੀਡੀਓ ਨੂੰ ਦੇਖ ਕੇ ਆਪਣੀ ਰਾਏ ਜ਼ਰੂਰ ਦੇਣਾ। ਦੇਖਦੇ ਰਹੋ ਨਿਰਪੱਖ ਪੋਸਟ। ਸਤਿ ਸ਼੍ਰੀ ਅਕਾਲ।